ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੂਰ ਤੇ ਇਹ ਤੁਹਾਡੇ ਸਾਹਮਣੇ ਆ ਪੰਜਾਬ ਕਰ ਕਰ ਰੋਜ਼ਗਾਰ ਯੋਜਨਾ ਦੀ ਅਫੀਸ਼ੀਅਲ ਵੈਬਸਾਈਟ ਦੋਸਤੋ ਹਰ ਰਿਕਰੂਟਮੈਂਟ ਰਿਲੇਟਡ ਮੈਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਇਸ ਕਰਕੇ ਤੁਹਾਨੂੰ ਵੀਡੀਓ ਵਿੱਚ ਦਿਖਾਉਣਾ ਤਾਂ ਜੋ ਤੁਹਾਨੂੰ ਕਿਉਂ ਰਿਕਰੂਟਮੈਂਟ ਦੀ ਨੋਟੀਫਿਕੇਸ਼ਨ ਮਿਲ ਰਹੀ ਆ ਉਹ ਕਦੇ ਵੀ ਫੇਕ ਨਾ ਲੱਗੇ ਦੋਸਤੋ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਅਫੀਸ਼ੀਅਲ ਵੈਬਸਾਈਟ ਹੈ ਤੇ ਲਿੰਕ ਇਹਨਾਂ ਨੇ ਇੱਥੇ ਦਿੱਤਾ ਹੋਇਆ ਜਿਵੇਂ ਹੀ ਆਪਾਂ ਇਸ ਲਿੰਕ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦੀ ਜੌਬ ਰਿਕਰੂਟਮੈਂਟ ਦੀ ਪੀਡੀਐਫ ਫਾਈਲ ਆਪਣੇ ਕੋਲੇ ਓਪਨ ਐਨ ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ YouTube ਤੇ ਵੀਡੀਓਜ਼ ਅਪਲੋਡ ਕਰਕੇ ਆਪਾਂ ਕਿਵੇਂ ਪੈਸਾ ਕਮਾ ਸਕਦੇ ਹਾਂ ਤਾਂ ਉੱਪਰ ਪ੍ਰਾਈਵੇਟਨ ਤੇ ਦੇਖੋ ਤੁਹਾਨੂੰ ਇੱਕ ਲਿੰਕ ਸ਼ੋਅ ਕਰ ਰਿਹਾ ਉਸ ਤੇ ਜਾ ਕੇ ਮੇਰਾ ਦੂਸਰਾ ਚੈਨਲ ਹੈ ਜਿਹੜਾ ਉਸ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਉਸ ਚੈਨਲ ਤੇ ਮੈਂ YouTube ਰਿਲੇਟਡ ਕਾਫੀ ਇਨਫੋਰਮੇਟਿਵ ਵੀਡੀਓ ਕਿਵੇਂ ਪੈਸਾ ਕਮਾਉਣਾ ਹੈ ਕਿਵੇਂ ਪਹਿਲੀ ਵੀਡੀਓ ਅਪਲੋਡ ਕਰਨੀ ਹੈ ਤੇ ਮੋਬਾਈਲ ਤੇ ਚੈਨਲ ਕਿਵੇਂ ਬਣਾਉਣਾ ਹੈ ਪੂਰੀ ਡਿਟੇਲਿੰਗ ਵੀਡੀਓ ਮੈਂ ਉਸ ਚੈਨਲ ਤੇ ਪਾਉਣਾ ਰਹਿਣਾ ਜੇ ਕਿਸੇ પાસે ਜੋਬ ਦਾ ਜੁਗਾਰ ਨਹੀਂ ਹੋ ਰਿਹਾ ਤਾਂ YouTube ਤੇ ਆਪਣਾ ਕੈਰੀਅਰ ਬਣਾਉਗਾ ਤੇ ਕਾਫੀ ਅੱਛਾ ਪੈਸਾ ਦੋਸਤੋ YouTube ਤੋਂ ਆਪਾਂ ਕਮਾ ਸਕਦੇ ਹਾਂ ਜੇ ਥੋੜੀ ਜਿਹੀ ਮਿਹਨਤ ਕਰੀਏ ਤਾਂ। ਵੀ ਦੋਸਤੋ ਮੇਰੇ ਦੂਸਰੇ ਚੈਨਲ ਦਾ ਲਿੰਕ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਵੀ ਮਿਲ ਜਾਊ ਉੱਥੇ ਜਾ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਲਿਓ। ਤਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਅੱਜ ਦੀ ਰਿਕਰੂਟਮੈਂਟ ਦੀ। ਤਾਂ ਸਭ ਤੋਂ ਪਹਿਲਾਂ ਆਪਾਂ ਚੈੱਕ ਕਰ ਸਕਦੇ ਹਾਂ ਜਿਹੜੀ ਰਿਕਰੂਟਮੈਂਟ ਹੈ ਸਭ ਤੋਂ ਪਹਿਲੀ ਪੋਸਟ ਆ ਜੋ ਪ੍ਰੋਗਰਾਮਰ ਦੀ ਹੈ। ਸੈਲਰੀ 15000 ਰੁਪਏ ਦੱਸੀ ਹੋਈ ਹੈ। ਜ਼ੂਮ ਕਰ ਦਿਨਾ ਤੁਹਾਡੇ ਵਾਸਤੇ ਮੈਂ। एमसीए बीई ਜਾਂ बीटेक ਵਾਲਾ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਸੈਕੰਡ ਪੋਸਟ ਦੀ ਗੱਲ ਕਰੀਏ ਦੋਸਤੋ ਯੰਗ ਪਰਫੈਸ਼ਨਲ ਦੀ ਪੋਸਟ ਹੈ 15000 ਸੈਲਰੀ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਤੇ ਇਹ ਵੀ ਦੋਸਤੋ ਇੱਕ ਪੋਸਟ ਹੈ ਤੇ ਇਸ ਵਿੱਚ ਮਾਸਟਰ ਡਿਗਰੀ ਵਾਲਾ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਹੈ ਤੇ ਪੋਸਟ ਨੰਬਰ 3 ਦੀ ਗੱਲ ਕਰੀਏ ਦੋਸਤੋ ਇਨਵੈਸਟੀਗੇਟਰ ਦੀ ਪੋਸਟ ਹੈ 10000 ਇੱਥੇ ਇਹਨਾਂ ਨੇ ਸੈਲਰੀ ਦੱਸੀ ਹੋਈ ਹੈ ਤੇ ਟੋਟਲ ਦੋ ਪੋਸਟਾਂ ਨੇ ਤੇ ਇਸ ਵਿੱਚ ਗ੍ਰੈਜੂਏਟ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਵਿੱਚ ਹੈ ਉਹ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ। ਕੋ ਦੋਸਤੋ ਇਸ ਪੋਸਟ ਰਿਲੇਟਡ ਜਾਂ ਕਿਸੇ ਵੀ ਜੋਬ ਰਿਕਰੂਟਮੈਂਟ ਰਿਲੇਟਡ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋ ਦੋਸਤੋ ਫੋਰਥ ਪੋਸਟ ਦੀ ਗੱਲ ਕਰੀਏ ਡਾਟਾ ਐਂਟਰੀ ਦੀ ਹੈ 10000 ਸੈਲਰੀ ਇੱਥੇ ਨਨ ਮੈਂਸ਼ਨ ਕੀਤੀ ਹੋਈ ਹੈ ਤੇ ਇਹ ਵੀ ਇੱਕ ਪੋਸਟ ਹੈ ਦੋਸਤੋ ਤੇ ਇਸ ਵਿੱਚ BCA, BSC ਜਾਂ ਕੰਪਿਊਟਰ ਸਾਇੰਸ ITI ਮੰਗੀ ਗਈ ਹੈ। ਅਨ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਤੇ ਹੁਣ ਗੱਲ ਕਰ ਲਈਨੇ ਆਪਾਂ ਅਪਲਾਈ ਕਿਵੇਂ ਕਰਨੀ ਹੈ ਇਹ ਪੋਸਟਾਂ ਤੋਂ ਤਾਂ ਇਸ ਤਰ੍ਹਾਂ ਦਾ ਪਰਫਾਰਮਾ ਆਪਾਂ ਨੂੰ ਡਾਊਨਲੋਡ ਕਰਨਾ ਪਵੇਗਾ ਜੇ ਤੁਸੀਂ ਇਹ ਪਰਫਾਰਮਾ ਡਾਊਨਲੋਡ ਕਰ ਲਓਗੇ ਤਾਂ ਬੈਟਰ ਗੱਲ ਹੈ ਵਰਨਾ ਆਪਣਾ WhatsApp ਨੰਬਰ ਜਾਂ ਮੈਨੂੰ Instagram ਤੇ ਫੋਲੋ ਕਰਕੇ ਮੇਰੇ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਇਹ ਪਰਫਾਰਮਾ ਡਾਊਨਲੋਡ ਕਰਕੇ ਤੁਹਾਨੂੰ ਸੈਂਡ ਕਰ ਦਿਆਂਗਾ ਉਸ ਤੋਂ ਵੱਧ ਕਰਨਾ ਕਿ ਇਸ ਦਾ ਪ੍ਰਿੰਟ ਕਰਵਾਉਣਾ ਤੁਸੀਂ ਸਭ ਤੋਂ ਪਹਿਲਾਂ ਉੱਪਰ ਲਿਖਣਾ ਜਿਹੜੀ ਵੀ ਪੋਸਟ ਵਾਸਤੇ ਅਪਲਾਈ ਕਰ ਰਹੇ ਹੋ ਐਥੇ ਆਪਾਂ ਉੱਪਰ ਲ ਤੇ ਇਸ ਤੋਂ ਬਾਅਦ ਆਪਣਾ ਨੇਮ ਲਿਖਣਾ ਇੱਥੇ ਤੇ ਫਾਦਰ ਨੇਮ ਡੇਟ ਆਫ ਬਰਥ ਨੈਸ਼ਨੈਲਿਟੀ ਆਪਣੀ ਇੰਡੀਅਨ ਲਿਖ ਲਾਂਗੇ ਇਸ ਤੋਂ ਬਾਅਦ ਪਰਮਾਨੈਂਟ ਐਡਰੈਸ ਤੇ ਐਂਡਰਸ ਕੋਰਸਪੋਂਡੈਂਸ ਜੋ ਵੀ ਆਪਣਾ ਸੇਮ ਐਡਰੈਸ ਹੈ ਤੇ ਆਪਾਂ ਫਿਲ ਕਰ ਸਕਦੇ ਆ ਇੱਕ ਆਪਣੀ ਇੱਥੇ ਫੋਟੋ ਸੈਲਫ ਸਿਗਨੇਚਰ ਕਰਕੇ ਫੋਟੋ ਲਗਾ ਲੈਣੇ ਤੇ ਇਸ ਤੋਂ ਇਲਾਵਾ ਆਪਾਂ ਆਪਣੀ ਜੋ ਵੀ ਕੁਆਲਿਫਿਕੇਸ਼ਨ ਆ ਉਸ ਦੀ ਡਿਟੇਲ ਇੱਥੇ ਭਰਨੀ ਇਸ ਤੋਂ ਬਾਅਦ ਸਿਗਨੇਚਰ ਕਰਨੇ ਆ ਦੋਸਤੋਰੇ ਸਿਗਨੇਚਰ ਕਰਕੇ ਹੁਣ ਕਰਨਾ ਗਿਆ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਬਾਈ ਪੋਸਟ ਆਪਾਂ ਸੈਂਡ ਕਰ ਦਾਂਗੇ ਇਹਨਾਂ ਦਾ ਪਤਾ ਤੁਹਾਨੂੰ ਇਸ ਪਤੇ ਉੱਪਰ ਦਾ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਪਾਵਰਮੈਂਟ ਮਾਈਨੋਰਟੀਜ਼ ਇਸ ਪਤੇ ਉੱਪਰ ਆਪਾਂ ਸੈਂਡ ਕਰ ਦੇਣਾ ਜੇ ਪੂਰੀ ਜਾਣਕਾਰੀ ਲੈਣਾ ਚਾਹੁੰਨਾ ਤਾਂ ਇੰਸਟਾਗ੍ਰam ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਇਸ ਬਾਰੇ ਲੈ ਸਕਦੇ ਹੋ ਤੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਦੀ ਕਦੋਂ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਆ 30 ਅਪ੍ਰੈਲ 2021 ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਪਾਈ ਪੋਸਟ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਇਹ ਸੈਂਡ ਕਰ ਦੇਵਾਂਗੇ ਤੁਕੋ ਦੋਸਤੋ ਰੋਜ਼ ਨਈ ਨਈ ਜੋਬਸ ਅਪਡੇਟ ਬਾਰੇ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਵੀ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ